ਹੱਸਦੇ ਰਹਿਣਾ, ਖੇਡਦੇ ਰਹਿਣਾ, ਮਲਦੇ ਰਹਿਣਾ, ਤੇ ਨਾਲੇ ਬ੍ਰਮ ਬ੍ਰਮ ਇਹ ਕੀ ਹੁੰਦਾ ਹੈ? ਆ ਵੇਖੀ ਤਾਇਆ ਵੇਖੀ ਮੇਰੇ ਬੋਲਣ ਤੇ, ਆ ਵੇਖੀ ਬ੍ਰਮ ਆਹ ਬ੍ਰਮ ਇਹ ਤੇ ਉਹ ਟਰੈਕਟਰ ਦੇ ਪੈਰ ਦੇ ਸਲੰਸਰ ਵਾਲਾ ਹਿਸਾਬ ਹੋ ਗਿਆ ਜਿਵੇਂ ਵੇਖਿਆ ਕੁੱਤੇ। ਇਹ ਤੁਸੀਂ ਦੱਸ ਕਰਕੇ ਦੱਸਣਾ, ਅੱਧਾ ਘੰਟਾ ਜਦੋਂ ਇਹ ਮੋਟਰਸਾਈਕਲ ਚਲਾ ਲੈਂਦਾ ਅੱਧਾ ਘੰਟਾ, ਤੇ ਬਾਅਦ ਚ ਬੁੱਲਾ ਚੁੰਗਲੀ ਪਾ ਕੇ ਘਟਾ ਵਾਰ ਕੱਢਦਾ ਉਹ ਨਸਵਾਰ। ਹਾਂ ਸਹੀ ਹੋ ਗਿਆ, ਚਲੋ ਕੋਈ ਨੀ, ਆਵਾਜ਼ ਤਾਂ ਸੁਣਨੀ ਹੋਣੀ ਹੈ। ਕੀ ਕਰਨ ਦੇ ਹੋ? ਤੇ ਅੱਜ ਦੀ ਆਪਣੀ ਵੀਡੀਓ ਇੰਨੀ, ਤੇ ਆਪਣੇ ਮਿੱਤਰੋ ਆਪਣੇ ਦੋਵਾਂ ਭਰਾਵਾਂ ਨੂੰ, ਤੇ ਕੈਮਰਾਮੈਨ ਡੱਡੂ ਨੂੰ ਅੱਜ ਜ਼ਿਆਦਾ ਤੋਂ ਅੱਲਾ ਹਾਫਿਜ਼। ਵੈਲਕਮ, ਸਤਿ ਸ਼੍ਰੀ ਅਕਾਲ, ਕਿੱਦਾਂ ਸਾਰੇ ਵੀਰ ਭੈਣ ਭਰਾ ਮਿੱਤਰ ਵੇਲੇ, ਉਮੀਦ ਕਰਾਂਗੇ ਸਾਰੇ ਵੀਰ ਭੈਣ ਭਰਾ ਮਿੱਤਰ ਜੀ ਲੱਗਣ ਰਹੀ ਹੈ। ਤੇ ਜੀ ਮਿੱਤਰੋ ਕਿੱਦਾਂ ਸਾਰੇ, ਖੇਡਦੀ ਖੇਡੀ ਕਾਟੋ ਫੁੱਲਾਂ ਦੇ ਕੇ ਨਹੀਂ, ਤੇ ਉਮੀਦ ਕਰਾਂਗੇ ਇਨਸ਼ਾਲਾ ਕਿਸੇ ਨਾ ਕਿਸੇ ਤਾਂ ਖੇਡਦੀ ਹੋਗੀ, ਭਾਵੇਂ ਦੱਸੋ ਜਾਂ ਨਾ ਦੱਸੋ ਲੈਦਾ ਗੱਲ। ਅੱਛਾ ਤੇ ਗਾਣਾ ਬਾਈ ਸਾਡਾ ਆ ਗਿਆ ਏ, ਇੱਧਰ ਨੂੰ ਬਾਈ ਵਿਖਾ ਲਿਓ ਮੈਨੂੰ, ਵਿਰਾਸਤ ਬਾਈ ਦਾ। ਹਾਂਜੀ, ਵਿਰਾਸਤ ਸੰਧੂ ਬਾਈ ਦਾ ਗਾਣਾ ਹੈਗਾ ਜੀ, ਫਤਿਹ ਮੋਰਚਾ। ਮਤਲਬ ਜਿਹੜਾ ਅਸੀਂ ਕਿਸਾਨ ਅੰਦੋਲਨ ਸਾਡਾ ਦਿੱਲੀ ਫਤਿਹ ਕਰਕੇ, ਮਤਲਬ ਅਸੀਂ ਟੁਰ ਪਏ ਆਪਣੇ ਪੰਜਾਬ ਵੱਲ ਨੂੰ, ਪੰਜਾਬ ਵੱਲ ਨੂੰ ਨਹੀਂ, ਪੰਜਾਬ ਵੱਲ ਨੂੰ, ਪੀ ਏ ਐੱਨ ਵਾਲਾ ਪੰਜਾਬ, ਪੀ ਯੂ ਐੱਨ ਵਾਲਾ ਨਹੀਂ, ਪੀ ਏ ਐੱਨ ਵਾਲੇ ਪੰਜਾਬ ਜਾ ਰਹੇ ਹਾਂ ਵਾਪਸ। ਅਤੇ ਫਤਿਹ ਮੋਰਚਾ ਕਰਕੇ ਮਤਲਬ ਜਿਹੜਾ ਮੋਰਚਾ ਸਰ ਆਏ ਕਿਸਾਨੀ ਮੋਰਚਾ, ਉਹਨੂੰ ਫਤਿਹ ਕਰ ਲਿਆ, ਮਤਲਬ ਅਸਾਂ ਜਿੱਤ ਲਿਆ ਅਤੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਾਂ। ਅਤੇ ਆਪਣੇ ਤਾਊੜੀ ਆਸਾਨੀ ਨਾਲ ਹੀ ਆ ਗਿਆ, ਅੱਜ ਮੈਂ ਹੀ ਔਖਾ ਨਿਕਲਿਆ ਵਾਂ। ਉਹ ਕੱਲ੍ਹ ਵਾਲੇ ਜਿਹੜੇ ਯੁਗਾ ਦਿੱਤੇ ਨੇ ਲੜਾਈ ਮੜਾਸੀਆਂ ਵਾਲੀ, ਉਹ ਅੱਜ ਮੇਰੇ ਤੋਂ ਫਿੱਟ ਹੋ ਗਈ ਆ। ਪਰ ਤਾਊੜੀ ਜਿਹੜੇ ਨੇ ਤੁਹਾਡੇ ਨਾਲ ਸਲਾਮ ਦਾ ਕਰਦੇ ਨੇ ਮੁਰਗੇ, ਆਪਣਾ ਗਾਣਾ ਸ਼ਾਣਾ ਵੇਖਦੇ ਹਾਂ ਵੀਰ ਉਹਦੇ। ਬਿਸਮਿਲਲਾ ਜੀ, ਅਸਲਾਮ ਅਲੈਕਮ, ਕੀ ਹਾਲ ਹੈ ਮੇਰੇ ਵੀਰਾਂ ਭਰਾਵਾਂ ਸੱਜਣਾ ਬੇਲੇ ਦੇ, ਮੇਰੇ ਸਾਰੇ ਵੀਰ ਭਰਾ ਸੱਜਣ ਬੇਲੇ ਠੀਕ ਤੇ ਖੁਸ਼ਹਾਲ ਹੋਣਗੇ। ਸੱਜਣੋ ਬੇਲੇ, ਤੁਹਾਡੇ ਕੱਲ੍ਹ ਦੇ ਰਿਐਕਸ਼ਨ ਤੋਂ ਬਾਅਦ ਤਾਊ ਵਰਾਂ ਕੋਲ ਮੈਂ ਇੱਕ ਹੋਰ ਗੱਲ ਪੁੱਛੀ, ਮੈਂ ਤਾਊ ਜੀ ਤੁਸੀਂ ਨਹਾਉਂਦੇ ਕਿਉਂ ਨਹੀਂ? ਉਹ ਕਹਿੰਦੇ ਨੇ ਯਾਰ ਮੈਂ ਨਹਾਉਂਦਾ ਇਸ ਤੋਂ ਨਹੀਂ, ਮੈਂ ਆਉਣ ਵਾਲੀ ਨਸਲਾਂ ਵਾਸਤੇ ਇੱਕ ਮੈਸੇਜ ਛੱਡਣਾ ਚਾਹੁੰਦਾ ਕਿ ਮੈਂ ਤੁਹਾਡੇ ਵਾਸਤੇ ਕਿੰਨੀ ਪਾਣੀ ਦੀ ਸੇਵਿੰਗ ਕੀਤੀ। ਵਾਹ ਜੀ ਵਾਹ, ਕੀ ਬਾਤ ਹੈ, ਵੇਖਣਾ ਐਂ ਦੇ ਕੰਮ ਕਰੋ ਰਾਜਾ, ਤੁਸੀਂ ਤੇ ਸਦਾਈ। ਤੇ ਅੱਜ ਦਾ ਆਪਣਾ ਜਿਹੜਾ ਇਹ ਰਿਐਕਸ਼ਨ ਤੇ ਨਾਲੇ ਗਾਣਾ ਚੱਕਨੇ ਆ, ਲੈਟ ਗੈਟ ਕਰਦੇ ਵੀ ਸਟਾਰਟਡ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜੀ, ਜਿੰਦਾਬਾਦ, ਜਿੰਦਾਬਾਦ। ਮੱਥੇ ਜਿੱਥੇ ਵੀ ਲਾਇਆ ਉਹ ਗਏ ਆ ਮਦਾਨ ਫਤਿਹ ਕਰਕੇ, ਉਹ ਚੰਗੇ ਭਾਵੇਂ ਮਾੜੇ ਸਮੇਂ ਡੱਟਦੇ ਰਹੇ ਆ, ਹਿੱਕ ਉੱਤੇ ਵਾਰ ਗਏ ਆ ਚੜਕੇ, ਉਹ ਕਈ ਦਿੱਲੀ ਵਾਲਿਆਂ ਦਾ ਲੱਗਣਾ ਨੀ ਦਿਲ, ਉਹ ਕਰਨਗੇ ਯਾਦ ਦਿਲਦਾਰ ਆਏ ਸੀ, ਉਹ ਮੁੜਾ ਕੇ ਪੰਜਾਬ ਜਦੋਂ ਜਿੱਤ ਕੇ ਮਦਾਨ, ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ, ਉਹ ਮੁੜਾ ਕੇ ਪੰਜਾਬ। ਤੇ ਇੱਧਰ ਸਰਦਾਰ ਦੇ ਪੋਤਰੇ ਆਏ ਸਨ, ਤੇ ਅੱਗੋਂ ਜੋ ਗਲਤ ਗੱਲ ਹੈ ਯਾਰ। ਨਹੀਂ ਯਾਰ, ਤਾਊ ਨੇ ਗਲਤ ਗੱਲ ਨਹੀਂ ਕਹੀ ਹੈ, ਮਤਲਬ ਤਾਊ ਹੋਰਾਂ ਦੇ ਦਾਦਾ ਜੀ ਦਾ ਨਾਂ ਜਿਹੜਾ ਨਾ, ਮਤਲਬ ਚਲੋ ਅੱਲਾਹ ਉਹਨਾਂ ਨੂੰ ਜੰਨਤ ਨਸੀਬ ਕਰੇ, ਚਲੇ ਗਏ ਇਸ ਦੁਨੀਆ ਤੋਂ, ਬਾਕੀ ਬਹੁਤ ਅੱਛੇ ਆਦਮੀ ਸਨ। ਤੇ ਬਿਲਕੁਲ ਕਾਪੀ ਜਿਹੜੀ ਹੈ, ਮਤਲਬ ਜਿਹੜੀ ਮਤਲਬ ਕਾਪੀ ਹੈ, ਡਿਟੋ ਕਾਪੀ, ਆਹੋ ਤਾਊ ਵਾਲੀ ਬਿਲਕੁਲ। ਅਸੀਂ 60 ਕਰੋੜ ਨਾਲ ਖੇਡਦੇ ਹਾਂ, ਤਾਊ ਵਾਲੀ 160 ਕਰੋੜ ਨਾਲ ਖੇਡਦੇ ਨੇ ਭਾਜੀ, ਵੇਖੋ ਤੁਸੀਂ ਇਹ ਬਾਰ। ਤੁਹਾਨੂੰ 60 ਕਰੋੜ ਦਾ ਪਤਾ ਨਹੀਂ ਲੱਗਣਾ ਬਾਈ ਕੀ ਬਹਾਲ ਯਾਰ। ਗਾਣੇ ਵਾਲੀ ਗੱਲ ਕਰੀਏ, ਤੇ ਗਾਣੇ ਜਿਹੜੀ ਬਾਈ ਵਿਰਾਸਤ ਸੰਧੂ ਨੇ ਗੱਲ ਕੀਤੀ ਹੈ ਕਿ ਦਿੱਲੀ ਰਾਜਧਾਨੀ, ਮਤਲਬ ਜੋ ਤੁਸੀਂ ਜਿੱਤ ਕੇ ਇੱਥੋਂ ਜਿਵੇਂ ਖੁਸ਼ੀ ਦਾ ਲੰਡੂ ਵੰਡੇ ਜਾ ਰਹੇ ਨੇ, ਇਤਿਹਾਸ ਭੋਲ ਕੇ ਵੇਖੋਗੇ, ਜਿੱਥੇ ਵੀ ਪਛਾਣ ਵੇਖੋਗੇ ਕਿ ਮਤਲਬ ਸਰਦਾਰ ਜਿਹੜੇ ਸਨ, ਕੈਮ ਸਨ, ਦੈਮ ਸਨ, ਡੰਡਾ ਸਰਵਰ ਸਨ, ਉਹਨਾਂ ਇਹਨਾਂ ਤੋਂ ਸਾਡੇ ਜਾਣ ਤੋਂ ਬਾਅਦ ਵੀ ਕਈ ਦਿੱਲੀ ਦੀਆਂ ਜਿਹੀਆਂ ਲੋਕ ਨੇ ਮਤਲਬ ਉਹ ਰੋਣਗੇ। ਇਹਨਾਂ ਦੀ ਰਾਜਧਾਨੀ ਮਤਲਬ ਜਿਹੜੀ ਸਰਕਾਰ ਜਿਹਨੂੰ ਬਾਈ ਕਹਿ ਸਕਦੇ, ਸਰਕਾਰ ਹੀ ਹੈ ਨਾ, ਸਰਕਾਰ ਜਿਹੜੀ ਉਹ ਦੱਸੇਗੀ ਕਿ ਵਾਕਈ ਸਰਦਾਰ ਆਏ ਸਨ ਇੱਥੇ, ਅੱਗੇ ਦੇਖਦੇ ਹਾਂ ਬਾਈ। ਗੁਰੂ ਤੇ ਪਹਾੜਿਆਂ ਚ ਰਾਜੀ ਖੁਸ਼ੀ ਸਦਾ, ਤਾਈਓ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਏ, ਉਹ ਪੁੱਛਿਆ ਕਰੂਗੀ ਪੀੜੀ ਹੋ ਜਦੋਂ ਗਾਂ ਕਿਵੇਂ ਜਿੱਤ ਗਏ ਜੋ ਬਿਨਾਂ ਹਥਿਆਰ ਆਏ ਸੀ, ਮੁੜਾ ਕੇ ਪੰਜਾਬ ਜਦੋਂ ਜਿੱਤ ਕੇ ਮਦਾਨ, ਦਿੱਲੀ ਰਾਜਧਾਨੀ ਦੱਸੂ ਸਰਦਾਰ ਆਏ ਸੀ, ਮੁੜਾ ਕੇ ਪੰਜਾਬ ਜਦੋਂ ਜਿੱਤ ਕੇ ਮਦਾਨ, ਦਿੱਲੀ ਰਾਜਧਾਨੀ ਦੱਸੂਗੀ ਕਿਸਾਨ ਆਏ ਸੀ। ਸਾਥ ਸਾਡਾ ਦਿੱਤਾ ਜਿੰਨਾ ਕਿਹਾ ਅੱਤਵਾਦੀ ਉਹ ਵੀ ਯਾਦ ਨੇ, ਉਹ ਤਵਾਰੀਖ ਹੈ ਗਵਾਹ, ਮੱਥਾ ਜਿੰਨੇ ਜਿੰਨੇ ਲਾਇਆ
ਸੀ ਜਾਣਾ ਮੁੜਿਆ ਨੀ ਛੇਤੀ ਤਾਈਓ ਤਾਂ ਘਰਾਂ ਨੂੰ ਚਿੰਤੇ ਮਾਰ ਆਏ ਸੀ ਉਹ ਮੁੜਾ ਕੇ ਪੰਜਾਬ ਜਦੋਂ ਜਿੱਤ ਕੇ ਮਤਾਣ ਦਿੱਲੀ ਰਾਜ ਤੁਹਾਨੂੰ ਦੱਸੂ ਸਰਦਾਰ ਆਏ ਸੀ ਉਹ ਮੁੜਾ ਕੇ ਪੰਜਾਬ ਜਦੋਂ ਜਿੱਤ ਕੇ ਮਤਾਣ ਦਿੱਲੀ ਰਾਜ ਤੁਹਾਨੂੰ ਦੱਸੂਗੀ ਕਿਸਾਨ ਆਏ ਸੀ ਵਾਹ ਜੀ ਵਾਹ ਗਾਣਾ ਸੀ ਬਾਈ ਵਾਇਰਲ ਛੋਟਾ ਜੇ ਬਹੁਤਾ ਲੰਬਾ ਵਕਤ ਨਹੀਂ ਬਾਕੀ ਛੋਟੇ ਵਕਤ ਦੇ ਵਿੱਚ ਬਾਈ ਵਿਰਾਸਤ ਸੰਧ ਨੇ ਬਹੁਤ ਹੀ ਡਾਢੀਆਂ ਅਤੇ ਔਖੀਆਂ ਔਖੀਆਂ ਗੱਲਾਂ ਕਹਿ ਰਹੀਆਂ ਨੇ ਸਰਦਾਰ ਜਿਹੜੇ ਨੂੰ ਦੱਸਣਗੇ ਮਤਲਬ ਸਰਕਾਰਾਂ ਜਿਹੜੀਆਂ ਤੁਹਾਨੂੰ ਦੱਸਦੀਆਂ ਰਹਿਣਗੀਆਂ ਕਿ ਬਾਈ ਕਿਸਾਨ ਵੀ ਆਏ ਸਨ ਸਰਦਾਰ ਵੀ ਆਏ ਸਨ ਪੰਨੇ ਹਿਸਟਰੀ ਦੇ ਮਤਲਬ ਤਾਰੀਖ ਦੇ ਪੰਜਾਬ ਬਾਈ ਬੱਬੂ ਮਾਨ ਵੀ ਆਉਂਦਾ ਹੈ ਕਿ ਤੁਸੀਂ ਮਤਲਬ ਜਿਹੜੇ ਨੇ ਆਪਣੇ ਪੰਜਾਬ ਦੀ ਹਿਸਟਰੀ ਪੜ੍ਹ ਕੇ ਦੇਖੋ ਤੁਹਾਨੂੰ ਆ ਫੇਸਬੁੱਕ ਆ ਯੂਟਿਊਬ ਆ ਟਵਿੱਟਰ ਆ ਉਹਨਾਂ ਵਾਲਾ ਮਤਲਬ ਜਿੰਨੀਆਂ ਵੀ ਭੈਣ ਯਕੀਆਂ ਨੇ ਜਿਹਨੂੰ ਤੁਸੀਂ ਕਹਿ ਸਕਦੇ ਆਪਣੀ ਪੰਜਾਬੀ ਜ਼ਬਾਨ ਦੇ ਵਿੱਚ ਮਾਦਰੀ ਜ਼ਬਾਨ 'ਚ ਅਤੇ ਸਾਰੇ ਤਖਲੀਆ ਕਲਾਮ 'ਚ ਬੰਦਾ ਹਰ ਭੈਣ ਯਕੀ ਤੋਂ ਬਾਜ਼ ਆ ਜਾਏਗਾ ਬਾਈ ਸਿਰਫ ਆਪਣੇ ਪੰਜਾਬ ਦੀ ਤਰੀਖ ਪੜ੍ਹੇ ਕਿ ਇੱਥੇ ਕਿੱਡੇ ਕਿੱਡੇ ਮਤਲਬ ਸੂਰਮੇ ਯੋਧੇ ਜਿਹੜੇ ਮਤਲਬ ਆਏ ਨੇ ਇਸ ਦੁਨੀਆਂ ਦੇ ਉੱਤੇ ਜਿਹੜੇ ਨਾਮ ਵਾਲੇ ਉਹ ਜਿਹੜੇ ਨੇ ਮਤਲਬ ਇੱਥੇ ਆ ਕੇ ਜਿਹਨਾਂ ਆਪਣੇ ਝੰਡੇ ਗੱਡੇ ਸਦਾ ਬਾਦਸ਼ਾਹੀ ਰੱਬ ਦੀ ਹੋਈ ਹੋਰ ਕਿਸੇ ਦੀ ਵੀ ਨਹੀਂ ਆ ਗਈ ਬਾਈ ਇੰਨੀ ਵੀ ਠੰਡ ਨਹੀਂ ਆ ਗਈ ਯਾਰ ਨਹੀਂ ਯਾਰ ਆ ਗਈ ਹੈ ਇੰਝ ਕਰਕੇ ਨਹੀਂ ਆਈ ਆ ਯਾਰ ਕਿਉਂਕਿ ਅੱਜ ਮੈਂ ਵੀ ਆਪਣੇ ਦਫ਼ਤਰ ਮੈਂ ਵੀ ਉਂਝ ਵੈਸੇ ਆਪਣੇ ਦਫ਼ਤਰ ਆਰਡਰ ਦੇ ਦਿੱਤਾ ਬੰਦੇ ਨੂੰ ਕਿ ਇਸ ਦਫ਼ਾ ਟਿਸ਼ੂ ਪੇਪਰਾਂ ਵਾਲਾ ਜਿਹੜਾ ਨਾ ਕਾਟਨ ਪੂਰੇ ਦਾ ਪੂਰਾ ਹੀ ਲੈ ਕਿਉਂਕਿ ਸੱਜਣਾ ਇਸ ਵਾਲਾ ਤੁਸੀਂ ਕੋਈ ਉਹ ਗੱਲ ਬਾਲ ਤੋਂ ਨਾ ਕਰਨਾ ਉਹਦੇ ਨਾਲ ਯਾਰ ਏਡੀ ਠੰਡ ਵੀ ਨਹੀਂ ਤਾਇਆ ਉਹ ਗੱਲ ਉਹ ਯਾਰ ਨਹੀਂ ਹੈ ਰੁਮਾਲ ਦੇ ਨਾਲ ਨੱਕ ਛਿੜਿਆ ਜਾਂਦਾ ਯਾਰ ਸਾਡਾ ਵੀ ਕੰਮ ਲੱਗਦੇ ਵਾਕਈ ਯਾਰ ਵਿਰਾਸਤ ਸੰਧੂ ਭਾਈ ਨੇ ਬਹੁਤ ਹੀ ਕਮਾਲ ਦੀਆਂ ਤੇ ਅੱਛੀਆਂ ਗੱਲਾਂ ਕੀਤੀਆਂ ਨੇ ਵਾਕਈ ਆਉਣ ਵਾਲੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੇ ਇੱਕ ਪੈਰਾ ਤਾਇਆ ਜੀ ਨਸਲ ਆਉਣ ਵਾਲੀ ਨਸਲ ਜਿਹੜੀ ਪੀੜੀ ਜਿਹਨੂੰ ਕਹਿ ਸਕਦੇ ਆ ਪੀੜੀ ਕਹਿੰਦੇ ਆ ਹੈ ਉਹ ਵੀ ਬਹਿਣ ਵਾਲੀ ਪੀੜੀ ਨਹੀਂ ਆਉਣ ਵਾਲੀ ਪੀੜੀ ਆਉਣ ਵਾਲੀ ਪੀੜੀ ਠੀਕ ਹੈ ਉਹ ਵੀ ਪੁੱਛੇਗੀ ਲੋਕਾਂ ਨੂੰ ਕਿ ਵੇਖੋ ਜੀ ਉਹ ਆਏ ਸਨ ਬਿਨਾਂ ਤੇਰੇ ਯੋਧੇ ਸਨ ਮਤਲਬ ਜਿਹੜੇ ਹਥਿਆਰ ਤੋਂ ਬਗੈਰ ਕਿਸੇ ਅਸਲੇ ਤੋਂ ਮੋਰਚਾ ਵੀ ਮਾਰ ਗਏ ਨੇ ਅੱਗੇ 19 ਦਿੱਲੀ ਜਿੱਤੀ ਏ ਪਰ ਜਿੱਤੀ ਜਿਹੜੀ ਉਹ ਡਾਂਗ ਦੇ ਸਿਰ ਤੇ ਤਲਵਾਰ ਦੇ ਸਿਰ ਤੇ ਤੇ ਮਤਲਬ ਹਿੱਕ ਦੇ ਜ਼ੋਰ ਤੇ ਐਕਾ ਜਿਹੜੀ ਦਿੱਲੀ ਫਤਿਹ ਕੀਤੀ ਹੈ ਮਤਲਬ ਉਹ ਇੱਕ ਸਬਰ ਦੇ ਨਾਲ ਇਮਤਿਹਾਨ ਦੇਣਾ ਤੇ ਵਾਕਈ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਸਬਕ ਹੈ ਕਿ ਬਈ ਉਹ ਕਿਹੜੇ ਯੋਧੇ ਸਨ ਜਿਹੜੇ ਬਗੈਰ ਹਥਿਆਰ ਦੇ ਮਤਲਬ ਜੰਗ ਜਿੱਤ ਕੇ ਵਾਪਸ ਆ ਗਏ ਇਹ ਤੇ ਮੇਰੇ ਅੰਦਾਜ਼ੇ ਨਾਲ ਜਿਹੜੀਆਂ ਸਾਡੀਆਂ ਅਸੀਂ ਕਹਿ ਸਕਦੇ ਹਾਂ ਲਾਜ਼ਮੀ ਕਿਤਾਬਾਂ ਜਿਵੇਂ ਹਰ ਮੁਲਕ 'ਚ ਹਰ ਆਪਣੇ ਆਪਣੇ ਇਤਿਹਾਸ ਦੇ ਬਾਰੇ 'ਚ ਬਣੀਆਂ ਹੁੰਦੀਆਂ ਨੇ ਉਹਦੇ ਵਿੱਚ ਆਉਂਦਿਆਂ ਇਹ ਜ਼ਰੂਰ ਇੱਕ ਚੈਪਟਰ ਬਣ ਕੇ ਆਉਣਗੇ ਇਨਸ਼ਾਅੱਲਾ ਤਾਲਾ ਵੇਖ ਲਿਓ ਅਤੇ ਇੱਦਾਂ ਹੀ ਲੋਕਾਂ ਨੂੰ ਪੜ੍ਹਾਈ ਜਾਇਆ ਕਰੇਗੀ ਅਤੇ ਸਾਡੀ ਤਾਂ ਪੰਜਾਬੀ ਉਂਝ ਤਕਰੀਬਨ ਲੋਕ ਬਹੁਤ ਜ਼ਿਆਦਾ ਘੱਟ ਪੜ੍ਹਦੇ ਨੇ ਪੜ੍ਹੀ ਨਹੀਂ ਜਾਂਦੇ ਪੜ੍ਹਨਾ ਕੀ ਹੈ ਵਿਚਾਰਿਆਂ ਨੇ ਹਾਂਜੀ ਤੇ ਠੀਕ ਹੈ ਫਿਰ ਠੀਕ ਹੈ ਆਪਾਂ ਮਿਲਦੇ ਹਾਂ ਜੀ ਕਿ ਨਵੇਂ ਦੇ ਵਿੱਚ ਇਹਦੇ ਵਿੱਚ ਹੱਸਦੇ ਰਹਿਣਾ ਖੇਡਦੇ ਰਹਿਣਾ ਮਲਦੇ ਰਹਿਣਾ ਅਤੇ ਨਾਲੇ ਬ੍ਰਮ ਬ੍ਰਮ ਇਹ ਕੀ ਹੁੰਦਾ ਵੇਖੀ ਤਾਇਆ ਵੇਖੀ ਮੇਰੇ ਬੋਲਣ ਤਿਆ ਲਖੀ ਬ੍ਰਮ ਆਹ ਬ੍ਰਮ ਇਹ ਤੇ ਉਹ ਟਰੈਕਟਰ ਦੇ ਪੈਸੇ ਸਲੰਸਰ ਵਾਲਾ ਹਿਸਾਬ ਹੋ ਗਿਆ ਜਿਵੇਂ ਵੇਖਿਆ ਉੱਤੇ ਇਹ ਤੁਸੀਂ ਦੱਸ ਕਰਕੇ ਦੱਸਣਾ ਅੱਧਾ ਘੰਟਾ ਜਦੋਂ ਇਹ ਮੋਟਰਸਾਈਕਲ ਚਲਾ ਲੈਂਦਾ ਅੱਧਾ ਘੰਟਾ ਤੇ ਬਾਅਦ ਚ ਬੁੱਲਾ ਚੁੰਗਲੀ ਪਾ ਕੇ ਘਟਾ ਵਾਰ ਕੱਢਦਾ ਉਹ ਨਸਵਾਰ ਹੈ ਹਾਂ ਸਹੀ ਹੋ ਗਿਆ ਚਲੋ ਕੋਈ ਨਹੀਂ ਆਵਾਜ਼ ਤਾਂ ਸੁਣਨੀ ਹੋਣੀ ਹੈ ਕੀ ਕਰਨ ਦੇ ਹੋ ਤੇ ਅੱਜ ਦੀ ਆਪਣੀ ਵੀਡੀਓ ਇੰਨੀ ਤੇ ਆਪਣੇ ਮਿੱਤਰੋ ਆਪਣੇ ਦੋਵਾਂ ਭਰਾਵਾਂ ਨੂੰ ਤੇ ਕੈਮਰਾਮੈਨ ਡੱਡੂ ਨੂੰ ਅੱਜ ਜ਼ਿਆਦਾ ਤੋਂ ਅੱਲਾ ਹਾਫਿਜ਼